ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਇਤਿਹਾਸਕ ਸਥਾਨ ਗੁਰਦੁਆਰਾ ਕਵੀ ਦਰਬਾਰ ਸਾਹਿਬ ਸੁਚੋਇ ਸਮੂਹ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ੇਰ ਅੱਜ ਦੇ ਇਸ ਕਵੀ ਦਰਬਾਰ ਦੇ ਸਾਰੇ ਕਵੀ ਸਾਹਿਬਾਨਾਂ ਵਾਸਤੇ ਅਤੇ ਇੱਕ ਸ਼ੇਰ ਪਾਤਸ਼ਾਹ ਦਾ ਜੋ ਪ੍ਰਕਾਸ਼ ਪੁਰਬ ਆ ਰਿਹਾ ਹੈ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਅਤੇ ਮੇਰੀ ਰਚਨਾ ਵੀ ਉਹਦੇ ਵਾਸਤੇ ਦੋ ਹੀ ਬੰਦ ਆਖਣੇ ਆ ਜੱਜ ਸਾਹਿਬ ਕਵੀ ਸਾਹਿਬਾਨ। ਇਹ ਸ਼ੇਰ ਆਪ ਜੀ ਵਾਸਤੇ ਹੈ ਕਿ ਕਵੀ ਹੁੰਦੇ ਨੇ ਕੌਮ ਦਾ ਉਹ ਸਰਮਾਇਆ। ਕਵੀ ਸਲਮਾਨ ਬੈਠੇ ਨੇ, ਸਾਰੇ ਕਵੀ ਕਲਮਾਂ ਬੈਠੀਆਂ ਨੇ ਕਿ ਕਵੀ ਹੁੰਦੇ ਨੇ ਕੌਮ ਦਾ ਉਹ ਸਰਮਾਇਆ, ਮੋਈਆਂ ਰੂਹਾਂ 'ਚ ਜ਼ਿੰਦਗੀ ਜੋ ਪਾ ਦਿੰਦੇ। ਕਵੀ ਹੁੰਦੇ ਨੇ ਕੌਮ ਦਾ ਉਹ ਸਰਮਾਇਆ, ਮੋਈਆਂ ਰੂਹਾਂ 'ਚ ਜ਼ਿੰਦਗੀ ਜੋ ਪਾ ਦਿੰਦੇ। ਜੋਹਦੇ ਜੋਹਰ ਦਿਖਾਵਣ ਰਣ ਮੈਦਾਨ ਅੰਦਰ, ਕਵੀ ਕਲਮ ਨਾਲ ਜੋਹਰ ਦਿਖਾ ਦਿੰਦੇ। ਫੱਟ ਕਲਮ ਦੇ ਤਲਵਾਰ ਤੋਂ ਹੋਣ ਗਹਿਰੇ, ਨੂਰ ਸਾਹਿਬ ਫੱਟ ਕਲਮ ਦੇ ਤਲਵਾਰ ਤੋਂ ਹੋਣ ਗਹਿਰੇ, ਵੱਡਿਆਂ ਵੱਡਿਆਂ ਨੂੰ ਜੜੋਂ ਹਿਲਾ ਦਿੰਦੇ। ਕਲਮ ਕਵੀ ਦੀ ਰਣਜੀਤ ਤਲਵਾਰ ਬਣ ਜੇ, ਤਖਤੋਂ ਤਾਜ ਵੀ ਇਹ ਪਲਟਾ ਦਿੰਦੇ। ਤੇ ਦੇਖਿਆ ਜੇ ਦੂਸਰਾ ਸ਼ੇਰ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿੱਜਦਾ ਕਿ ਫੜ ਕੇ ਕਲਮ ਜਦ ਵੀ ਕੁਛ ਲਿਖਣ ਲੱਗਾ। ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ। ਫੜ ਕੇ ਕਲਮ ਜਦ ਵੀ ਕੁਛ ਲਿਖਣ ਲੱਗਾ, ਮੇਰੀ ਸੋਚ ਦੇ ਵਿੱਚ ਡੂੰਘਾਈ ਹੋਵੇ। ਫੜ ਕੇ ਕਲਮ ਜਦ ਵੀ ਕੁਛ ਲਿਖਣ ਲੱਗਾ, ਮੇਰੀ ਸੋਚ ਦੇ ਵਿੱਚ ਡੂੰਘਾਈ ਹੋਵੇ। ਹੱਥ ਰਹਿਮਤ ਦਾ ਧਰੀ ਸਦਾ ਰਣਜੀਤ ਉੱਤੇ, ਸ਼ੁਭ ਅਮਲਾਂ ਦੀ ਜੱਗ 'ਚ ਕਮਾਈ ਹੋਵੇ। ਹੱਥ ਰਹਿਮਤ ਦਾ ਧਰੀ ਸਦਾ ਰਣਜੀਤ ਉੱਤੇ, ਸ਼ੁਭ ਅਮਲਾਂ ਦੀ ਜੱਗ 'ਚ ਕਮਾਈ ਹੋਵੇ। ਪੌਂਟਾ ਸਾਹਿਬ ਦੇ ਕਵੀ ਦਰਬਾਰ ਦੀ ਮਹਿਮਾ ਅੱਜ ਜੱਗ ਵਿੱਚ ਦੂਣ ਸਵਾਈ ਹੋਵੇ। ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤਰਨਮ ਵਿੱਚ ਰਚਨਾ ਮੇਰਾ ਸਿੱਝਦਾ ਗੁਰੂ ਰਾਮਦਾਸ ਸਾਹਿਬ ਜੀ ਨੂੰ, ਆਓ ਸਾਧਸੰਗ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰੀਏ। ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮਦਾਸ ਤੇਰੀ ਸ਼ਰਨ। ਉਹ ਭਵ ਸਾਗਰ ਤੋਂ ਤਰ ਜਾਂਦਾ, ਉਹ ਭਵ ਸਾਗਰ ਤੋਂ ਤਰ ਜਾਂਦਾ, ਜੋ ਪਰਸੇ ਗੁਰ ਕੇ ਚਰਨ। ਗੁਰੂ ਰਾਮਦਾਸ ਤੇਰੀ ਸ਼ਰਨ,
ਗੁਰੂ ਰਾਮਦਾਸ ਤੇਰੀ ਸ਼ਰਨ। ਰਸਨਾ ਪਵਿੱਤਰ ਕਰੋ ਕਵੀ ਸਾਹਿਬਾਨ ਸਾਰੇ ਜਣੇ। ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਜੀ ਜੰਤ ਸਭ ਸ਼ਰਨ ਤੁਮਾਰੀ, ਜੀ ਜੰਤ ਸਭ ਸ਼ਰਨ ਤੁਮਾਰੀ, ਬਲ ਬਲ ਜਾਓ ਸਦ ਬਲਹਾਰੀ, ਬਲ ਬਲ ਜਾਓ ਸਦ ਬਲਹਾਰੀ, ਜੋ ਸ਼ਰਨ ਆਏ ਤਿਸ ਕੰਠ ਲਾਏ, ਜੋ ਸ਼ਰਨ ਆਏ ਤਿਸ ਕੰਠ ਲਾਏ, ਮੁੱਕ ਜਾਂਦੇ ਦੁਰਮਤ ਕਰਮ। ਗੁਰੂ ਰਾਮਦਾਸ ਤੇਰੇ ਸਭਨਾ ਦੀ ਤੂੰ ਆਸ ਹੈ ਪਿਆਰੇ, ਸਭਨਾ ਦੀ ਤੂੰ ਆਸ ਹੈ ਪਿਆਰੇ, ਬਖਸ਼ ਲੈ ਹੋ ਪ੍ਰਭ ਬਖਸ਼ਣ ਹਾਰੇ, ਬਖਸ਼ ਲੈ ਹੋ ਪ੍ਰਭ ਬਖਸ਼ਣ ਹਾਰੇ, ਇੱਕ ਵਾਰੀ ਇਸ ਦਰ ਤੇ ਆ ਕੇ, ਇੱਕ ਵਾਰੀ ਇਸ ਦਰ ਤੇ ਆ ਕੇ, ਮੁਕਦੇ ਜਨਮ ਤੇ ਮਰਨ। ਗੁਰੂ ਰਾਮਦਾਸ ਤੇਰੀ ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮ ਅਕਿਰਤ ਕਣਾ ਨੂੰ ਗਲ ਨਾਲ ਲਾਵੇ, ਅਕਿਰਤ ਕਣਾ ਕਿਰਤ ਕਣਾ ਨੂੰ ਗਲ ਨਾਲ ਲਾਵੇ, ਅਕਿਰਤ ਕਣਾ ਨੂੰ ਗਲ ਨਾਲ ਲਾਵੇ, ਦੁਸ਼ਟਾਂ ਨੂੰ ਤੂੰ ਮਾਰ ਮੁਕਾਵੇ, ਦੁਸ਼ਟਾਂ ਨੂੰ ਤੂੰ ਮਾਰ ਮੁਕਾਵੇਂ, ਚਰਨ ਧੂੜ ਤੇਰੀ ਮਸਤਕ ਲਾ ਕੇ, ਚਰਨ ਧੂੜ ਤੇਰੀ ਮਸਤਕ ਲਾ ਕੇ, ਲੱਥੇ ਸਭੇ ਪਰਮ। ਗੁਰੂ ਰਾਮਦਾਸ
ਤੇਰੀ। ਆਖਰੀ ਬੰਦ ਹੈ ਰਚਨਾ ਦਾ ਸਾਧਸੰਗ ਜੀ ਉਹ ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮਦਾਸ ਤੇਰੀ ਸ਼ਰਨ, ਆਸਾਂ ਮਨਸਾ ਪੂਰੀਆਂ ਕਰ ਦੇ। ਅਸੀਂ ਸਾਰੇ ਹੀ ਝੋਲੀਆਂ ਅੱਡਣ ਜਾਂਦੇ ਹਾਂ ਸਾਧਸੰਗ ਜੀਓ। ਕੱਲ੍ਹ ਦੇ ਪ੍ਰਕਾਸ਼ਪੁਰ ਦੇ ਦੀਵਾਨ ਵਿੱਚ ਵੀ ਦਾਸ ਨੇ ਹਾਜ਼ਰੀ ਭਰਨੀ ਹੈ, ਇਹੀ ਕਵਿਤਾ ਲਾਣੀ ਹੈ ਸਾਧਸੰਗ ਜੀ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਹਾਲ 'ਤੇ। ਆਸਾ ਮਨਸਾ ਪੂਰੀਆਂ ਕਰ ਦੇ, ਆਸਾ ਮਨਸਾ ਪੂਰੀਆਂ ਕਰ ਦੇ, ਖਾਲੀ ਝੋਲੀ ਰਣਜੀਤ ਦੀ ਭਰ ਦੇ, ਆਸਾ ਮਨਸਾ ਪੂਰੀਆਂ ਕਰ ਦੇ, ਖਾਲੀ ਝੋਲੀ ਰਣਜੀਤ ਦੀ ਭਰ ਦੇ, ਸੋਢੀ ਗੁਰਾਂ ਦੇ ਦਰਸ਼ਨ ਪਾ ਕੇ, ਸੋਢੀ ਗੁਰਾਂ ਦੇ ਦਰਸ਼ਨ ਪਾ ਕੇ, ਲੱਖਾਂ ਪਾਪੀ ਤਰਨ ਗੁਰੂ ਰਾਮਦਾਸ ਤੇਰੀ, ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮਦਾਸ ਤੇਰੀ ਸ਼ਰਨ, ਗੁਰੂ ਰਾਮਦਾਸ ਤੇਰੀ ਸ਼ਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।